ਬੋਲੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ। ਧੰਨ ਧੰਨ ਰਿੱਧੀਆਂ ਸਿੱਧੀਆਂ ਦੇ ਮਾਲਿਕ ਸਿਵ ਸੂ ਬਾਲ ਜੁੱਤੀ ਬਾਲ ਬ੍ਰਹਮਚਾਰੀ ਆਤਮ ਨਿਸ਼ਠ ਸਮਾਜ ਸੁਧਾਰਕ ਉਦਾਸਨਾ ਆਚਾਰੀਆ ਜਗਤ ਗੁਰੂ ਭਗਵਾਨ ਬਾਬਾ ਸ਼੍ਰੀ ਗੁਰੂ ਸਾਹਿਬ ਮਹਾਰਾਜ ਕੀ ਜੈ। ਸਿੱਧ ਸਮਾਧੀਆਂ ਵਾਲੇ ਮਹਾਂਪੁਰਖੋਂ ਕੀ ਜੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਸਭ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ 12 ਸਤੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਜਗਤ ਗੁਰੂ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ 530ਵਾਂ ਪ੍ਰਕਾਸ਼ ਉਤਸਵ ਆ ਰਿਹਾ ਹੈ। ਸੋ ਸਾਰੇ ਸੰਸਾਰ ਦੇ ਵਿੱਚ, ਸਾਰੇ ਵਿਸ਼ਵ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ, ਧੂਮਧਾਮ ਨਾਲ ਜੋ ਮਨਾਇਆ ਜਾਣਾ ਹੈ। ਸੋ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸੋ ਪਿੰਡ ਲੱਛਾਵਤੀ ਹਿੰਮਤਾਨਾ ਵੇਖੇ, ਸ਼੍ਰੀ ਚੰਦਰ ਦਰਬਾਰ ਵੱਡਾ ਡੇਰਾ ਆਸ਼ਰਮ ਉਦਾਸਨ ਵੇਖੇ, ਜੋ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ, ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, 12 ਸਤੰਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਜਾਣਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਹੁੰਮ ਹੁਮਾ ਕੇ ਪਹੁੰਚਣਾ, ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਲਾਉਣੀ, ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸੱਖਣਾ ਬਣਾਉਣਾ ਹੈ। ਸੋ ਗੁਰਮੁਖ ਪਿਆਰਿਓ, ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੋ ਉਪਦੇਸ਼ ਹੈ, ਚੇਤੋ ਨਗਰੀ ਤਾਰੋਂ ਗਾਮ ਅਲਖ ਪੁਰਖਾਂ ਸਿਮਰੋ ਨਾਮ। ਸੋ ਇਸ ਉਪਦੇਸ਼ ਨੂੰ ਮੁੱਖ ਰੱਖਦੇ ਹੋਏ 12 ਸਤੰਬਰ ਨੂੰ ਜੋ ਕਿ ਭਗਵਾਨ ਜੀ ਦੀ ਸੰਗੀਤਮਈ ਕਥਾ ਜੋ ਹੋਵੇਗੀ, ਅਤੇ ਭਜਨ ਜੋ ਭਜਨਾਂ ਦੇ ਭਗਵਾਨ ਜੀ ਦੀ ਉਸਤਤ ਵਿੱਚ, ਬੜਾਈ ਦੇ ਵਿੱਚ, ਭਗਵਾਨ ਜੀ ਉਪਮਾ ਵਿੱਚ ਜੋ ਭਗਵਾਨ ਜੀ ਦੇ ਭਜਨ ਗੁਣਗਾਇਨ ਕੀਤੇ ਜਾਣਗੇ, ਗਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸ੍ਰੀ ਚੰਦਰ ਦਰਬਾਰ ਵੱਡਾ ਡੇਰਾ ਉਦਾਸਨ ਆਸਨ ਪਿੰਡ ਲੱਛਾਵਤੀ ਹਿੰਮਤਾਨਾ ਵਿਖੇ ਸਭ ਨੇ ਸਮੇਂ ਸਿਰ ਪਹੁੰਚਣਾ, ਸਤਿਗੁਰਾਂ ਦਰਬਾਰ ਵਿੱਚ ਆ ਕੇ ਹਾਜ਼ਰੀ ਲਾਉਣੀ ਅਤੇ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਦਾਸ ਵੱਲੋਂ ਇੱਕ ਬੇਨਤੀ ਹੋਰ ਹੈ ਸਾਰੀਆਂ ਸੰਗਤਾਂ ਨੂੰ ਕਿ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ, ਕਿਉਂਕਿ 1 ਸਤੰਬਰ ਨੂੰ ਸਤਿਗੁਰ ਦੇ ਮਹਾਰਾਜ ਸੰਤ ਤਰਸੇਮ ਮੁਨੀ ਮਹਾਰਾਜ ਗੁਰੂ ਮਹਾਰਾਜ ਦੀ ਕਲਮ ਦੁਆਰਾ ਜੋ ਕਿ ਬਹੁਤ ਹੀ ਸੁੰਦਰ ਭਜਨ, ਸ੍ਰੀ ਚੰਦਰ ਦੇਖੋ ਸਾਡਾ ਦਿਲ ਮੋਲਿਆ, ਮੁੱਖ ਇੱਦਾਂ ਦਿਸੇ ਜਿੱਦਾਂ ਹੁਣ ਬੋਲਿਆ। ਸੋ ਬਹੁਤ ਹੀ ਸੁੰਦਰ ਭਜਨ ਭਗਵਾਨ ਜੀ ਦੀ ਉਪਮਾ ਵਿੱਚ, ਭਗਵਾਨ ਜੀ ਦੀ ਬੜਾਈ ਵਿੱਚ ਜੋ ਦਾਸ ਵੱਲੋਂ ਗਾਇਆ ਗਿਆ ਹੈ, ਮਹਾਰਾਜ ਦੀ ਕਲਮ ਦੁਆਰਾ ਲਿਖਿਆ ਗਿਆ, ਗੁਰੂ ਮਹਾਰਾਜ ਦੀ ਜੋ ਉਹਨਾਂ ਨੇ ਬਹੁਤ ਹੀ ਸੁੰਦਰ ਭਜਨ ਲਿਖਿਆ, ਸੋ ਦਾਸ ਵੱਲੋਂ ਗਾਇਆ ਗਿਆ, ਗੁਣਗਾਨ ਕੀਤਾ ਗਿਆ। ਸੋ ਯੂਟਿਊਬ ਚੈਨਲ ਆਦਿ ਉਦਾਸੀ ਨੂੰ ਉੱਤੇ, ਸੋ 1 ਸਤੰਬਰ ਨੂੰ ਇਹ ਆ ਰਿਹਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਭਜਨ ਨੂੰ ਵੀ ਸੁਣਨਾ, ਸਤਿਗੁਰਾਂ ਦਾ ਜੋ ਭਗਵਾਨ ਜੀ ਦੀ ਉਪਮਾ ਕੀਤੀ ਗਈ ਹੈ, ਬੜਾਈ ਕੀਤੀ ਗਈ ਹੈ, ਅਤੇ ਆਪ ਸਭ ਨੇ ਗੁਣਗਾਨ ਕਰਨਾ ਹੈ, ਸੁਣਨਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਨੀਆਂ, ਅਤੇ ਭਗਵਾਨ ਜੀ ਦਾ ਉਪਦੇਸ਼ ਹੈ ਮਨ ਵਿੱਚ ਵਸਾਉਣਾ ਹੈ। ਸੱਜਣੋ, ਸਾਧੂ ਜਨ, ਮਹਾਤਮਾ ਜਨ, ਜੋ ਗੁਰਮੁਖ ਸੱਜਣ ਨੇ, ਭਗਵਾਨ ਰੱਬੀ ਰੂਹਾਂ ਕਿਸੇ ਵੀ ਜਾਤੀ, ਕਿਸੇ ਵੀ ਕੌਮ, ਕਿਸੇ ਮਜ਼ਹਬ, ਕਿਸੇ ਵੀ ਦੇਸ਼, ਕਿਸੇ ਵੀ ਸਮੇਂ ਇਸ ਧਰਤੀ 'ਤੇ ਕਿਉਂ ਨਾ ਆਏ ਹੋਣ ਜਾਂ ਆਉਂਦੇ ਰਹਿਣਗੇ, ਸਮਾਜ ਹਿੱਤ ਲਈ, ਸਮਾਜ ਦੇ ਭਲੇ ਲਈ ਉਹ ਆਪਣਾ ਜੀਵਨ ਲੇਖੇ ਲਾ ਦਿੰਦੇ ਨੇ। ਅੱਜ ਵੀ ਸਾਡੇ ਉਦਾਸੀ ਸੰਪਰਦਾਇ ਵਿੱਚ, ਚਾਹੇ ਸ੍ਰੀ ਪੰਚਾਇਤੀ ਬੜੇ ਅਖਾੜਾ ਬੜਾ ਅਖਾੜਾ ਉਦਾਸੀਨ, ਚਾਹੇ ਸ੍ਰੀ ਪੰਚਾਇਤੀ ਨਵੇਂ ਅਖਾੜਾ ਉਦਾਸੀਨ, ਇਸ ਅਖਾੜੇ ਦੇ ਜਿੰਨੇ ਵੀ ਸਾਡੇ ਉਦਾਸੀਨ ਮਹਾਤਮਾ ਹਨ, ਸੋ ਅੱਜ ਵੀ ਉਹ ਆਪਣੇ ਆਪਣੇ ਸਥਾਨਾਂ 'ਤੇ ਸਮਾਜ ਹਿੱਤ ਲਈ, ਸਮਾਜ ਦੇ ਭਲੇ ਲਈ ਉਹ ਆਪਣਾ ਜੀਵਨ ਲੇਖੇ ਲਾ ਰਹੇ ਨੇ, ਸਮਾਜ ਦੇ ਭਲੇ ਵਾਸਤੇ ਅਨੇਕਾਂ ਕਾਰਜ ਕਰ ਰਹੇ ਹਨ। ਸੋ ਗੁਰਮੁਖ ਪਿਆਰਿਓ, ਸੋ ਸਭ ਨੂੰ ਬੇਨਤੀ ਹੈ, ਜਿੱਥੇ ਜਿੱਥੇ ਸਤਿਗੁਰਾਂ ਦੇ ਸਥਾਨ ਨੇ, ਭਗਵਾਨ ਜੀ ਦੇ ਸਥਾਨ ਨੇ, ਸ਼੍ਰੀ ਚੰਦਰਵਾਰ ਨੇ, ਸੋ ਸਭ ਨੇ ਸਥਾਨਾਂ 'ਤੇ ਪਹੁੰਚ ਕੇ ਆਪਣੇ ਗੁਰੂ ਜਨਾਂ ਨੂੰ ਨਮਸਕਾਰ ਕਰਕੇ, ਭਗਵਾਨ ਜੀ ਨਮਸਕਾਰ ਕਰਕੇ ਸਤਿਗੁਰਾਂ ਦਾ ਪ੍ਰਕਾਸ਼ ਜਿਹੜਾ ਬਹੁਤ ਹੀ ਸ਼ਰਧਾ ਭਾਵ ਨਾਲ, ਧੂਮਧਾਮ ਨਾਲ ਮਨਾਉਣਾ ਹੈ।
ਅਤੇ ਭਗਵਾਨ ਜਾਂ ਉਪਦੇਸ਼ ਮਨ ਵਿੱਚ ਵਸਾਉਣਾ ਅਤੇ ਉਸ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਸੋਹਣਾ ਅਤੇ ਸੁੰਦਰ ਬਣਾਉਣਾ ਹੈ। ਗੁਰਬਾਣੀ ਦੇ ਲੜ ਲੱਗ ਕੇ, ਸਤਿਗੁਰਾਂ ਦੇ ਸਤ ਪੁਰਸ਼ਾਂ ਦੇ ਲੜ ਲੱਗ ਕੇ, ਮਹਾਂਪੁਰਸ਼ਾਂ ਦੇ ਲੜ ਲੱਗ ਕੇ, ਜੋ ਉਹਨਾਂ ਦੇ ਉਪਦੇਸ਼ ਨੇ, ਜੋ ਉਹਨਾਂ ਦੇ ਮਾਰਗ ਨੇ, ਉਸ ਮਾਰਗ 'ਤੇ ਚੱਲ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ। ਸੋ ਇੰਨਾ ਕਹਿੰਦਾ ਸੋ ਆਪਣੀ ਬਾਣੀ ਨੂੰ ਬਰਾਮ ਦਿੰਦਾ। ਸੋ ਸੱਜਣੋ, ਆਪ ਸਭ ਨੂੰ, ਸਾਰੇ ਸੰਸਾਰ ਨੂੰ, ਸਾਰੇ ਵਿਸ਼ਵ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜ ਦੀ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ। ਬੋਲੀਏ ਜਗਤਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ।